ਪਹੁੰਚਣ ਤੇ ਪਹਿਲਾ ਜਿਹੜਾ ਜੀਵਨ ਸਾਡਾ ਹੁੰਦਾ ਮਾਇਆ ਦੇ ਘਰ ਦਾ, ਉਹਦੇ ਵਿੱਚ ਸਾਨੂੰ ਜੀਵਨ ਦੀ ਜਾਂਚ ਨਹੀਂ ਆਉਂਦੀ, ਕਿਉਂਕਿ ਮਾਤਾ ਪਿਤਾ ਦਾ ਜਿਹੜਾ ਘਰ ਹੈ, ਬੱਚੇ ਦਾ, ਬੱਚੇ ਦਾ ਉਹਨਾਂ ਦਾ ਪਿਆਰ ਅਲੱਹਦਾ ਹੁੰਦਾ, ਉਹਨਾਂ ਦਾ ਉੱਥੋਂ ਦਾ ਵਰਤੇਰਾ ਅਲੱਹਦਾ ਹੁੰਦਾ, ਵਿਚਾਰ ਅਲੱਹਦਾ ਹੁੰਦੇ ਨੇ। ਜਦੋਂ ਦੂਸਰੇ ਘਰ ਬੱਚੇ ਜਾਂਦੀ ਹੈ, ਉੱਥੇ ਉਹਨੂੰ ਉਸ ਸਟੇਜ 'ਤੇ ਜਾ ਕੇ ਹੀ ਆਪਦਾ ਸਾਰਾ ਹੀ ਬਦਲ ਦੇਣਾ ਹੁੰਦਾ, ਉਹਨਾਂ ਆਪਦਾ ਸੁਭਾਅ ਦੂਸਰੇ ਦੇ ਸੁਭਾਅ ਨਾਲ ਚੱਲਣਾ ਹੁੰਦਾ। ਇਸ ਕਰਕੇ ਜਿਉਂ ਹੀ ਅਸੀਂ ਮਾਂ ਦੇ ਘਰ ਦੇ ਵਿੱਚੋਂ ਜਾਂਦੇ ਹਾਂ, ਸਾਡਾ ਇਸ ਘਰ ਨਾਲ ਉਲਟ ਉੱਥੇ ਹੋ ਜਾਂਦਾ ਸਾਰਾ ਸਿਸਟਮ। ਇਸ ਕਰਕੇ ਮਹਾਰਾਜ ਆਂਦੇ ਨੇ ਸਤਿਗੁਰ ਮਿਲ ਗਏ ਉਲਟੀ ਪਈ, ਨਵਨਤ ਕਰ ਜੋਖਾ 18 ਸਿੱਧੀਆਂ ਪਿੱਛੇ ਲੱਗੀ ਫਿਰ ਨਿਜ ਕਰਵਾਸੇ ਨਹੀਂ ਥਾਂ ਆਨਾ ਤੁਣੀ ਸਦ ਵੱਜਦੇ ਉਨ ਮਨਹਰ ਲਿਵ ਲਾਏ। ਅਸੀਂ ਜਦੋਂ ਇਸ ਲੋਕ ਵਿੱਚੋਂ ਪੇਕੇ ਘਰ ਦੇ ਵਿੱਚੋਂ ਆਪਦੇ ਘਰ ਵਾਪਸ ਪਤੀ ਦੇ ਘਰ ਜਾਂਦੇ ਹਾਂ, ਉਹ ਸਾਰਾ ਇਸ ਘਰ ਨਾਲ ਉਲਟ ਹੋ ਜਾਂਦਾ ਸਿਸਟਮ। ਉੱਥੋਂ ਦਾ ਮਾਹੌਲ, ਉੱਥੇ ਖਾਣਾ ਪੀਣਾ, ਉੱਥੇ ਬਹਿਣਾ ਉੱਠਣਾ, ਉੱਥੇ ਪਹਿਨਣਾ, ਉੱਥੇ ਪੂਜਾ ਕਰਨੀ, ਉੱਥੇ ਸੰਗ ਕਰਨੀ, ਉਹ ਸਾਰਾ ਹੀ ਇਸ ਦੇਸ਼ ਨਾਲ ਉਲਟ ਹੋ ਗਿਆ। ਪਹਿਲਾ ਜਿਹੜਾ ਸਾਡਾ ਜੀਵਨ ਹੁੰਦਾ ਹੈ ਉਹ ਦੁਬਧਾ ਵਾਲਾ ਹੁੰਦਾ ਹੈ, ਈਰਖਾ ਅਤੇ ਨਫ਼ਰਤ ਵਾਲਾ ਹੁੰਦਾ ਹੈ, ਭੇਦ ਨਹੀਂ ਹੁੰਦਾ। ਇਸ ਕਰਕੇ ਇੱਥੇ ਫਿਰ ਸਾਨੂੰ ਜਦੋਂ ਗੁਰਮਤਿ ਦੁਆਰਾ ਸਾਰਾ ਅੰਦਰਲਾ ਭੇਦ ਦਿੱਤਾ ਜਾਂਦਾ ਹੈ, ਅਤੇ ਫਿਰ ਆਉਂਦੇ ਨੇ ਹੁਣ ਫਿਰ ਇੱਕ ਜੋਤ ਰੂਪ ਹੋ ਗਏ ਨੇ, ਇੱਥੋਂ ਇਕੱਠੇ ਜਾਂਦੇ ਨੇ ਆਪਦੇ ਦੇਸ਼, ਉੱਥੋਂ ਖੇਡਣ ਆਉਂਦੇ ਨੇ 8-10 ਘੰਟੇ, ਇਸ ਲੋਕ ਖੇਲ ਕੇ ਫਿਰ ਵਾਪਸ ਇਕੱਠੇ ਚਲੇ ਜਾਂਦੇ। ਅਗਰ ਜਿਨ੍ਹਾਂ ਨੇ ਇਹ ਖੇਲ ਨਹੀਂ ਸਮਝਿਆ, ਉਹਨਾਂ ਨੂੰ ਮਾਰਾ ਜਾਂਦੇ ਨੇ ਧੰਨ ਪਰ ਇਹ ਨਾ ਆਖੀਏ ਬਹਿਣਾ ਇਕੱਠੇ ਹੋਏ, ਇੱਕ ਜੋਤ ਦੋਏ ਮੂਰਤੀ ਧੰਨ ਪਰ ਕੇ ਸੋਏ। ਜਿਨ੍ਹਾਂ ਨੇ ਖੇਲ ਨਹੀਂ ਸਮਝਿਆ ਉਹਨਾਂ ਨੇ ਔਰਤ ਮਰਦ ਨਹੀਂ ਸਮਝ ਜਾਂਦੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਕਿਸ ਵਾਸਤੇ ਇਹਨਾਂ ਦਾ ਸੰਯੋਗ ਮਿਲਿਆ। ਇਕੱਠੇ ਦਰਗਾਹ ਵਿੱਚ ਜਾਣਾ, ਸਵੇਰੇ ਆਉਣਾ, ਸ਼ਾਮ ਨੂੰ ਜਾਣਾ, ਇੱਥੇ ਫਿਰ ਇਸ ਲੋਕ ਦੇ ਵਿੱਚ ਇਹਨਾਂ ਨੂੰ ਖੇਲ ਸਮਝਾਇਆ ਜਾਂਦਾ ਵੀ ਇਸ ਲੋਕ ਵਿੱਚ ਤਰਲੋਕੀ ਵਿੱਚ ਵਿਚਾਰਾਂ ਦਾ ਖੇਲ ਹੈ, ਵਿਚਾਰ ਬੰਧਨ ਬਣ ਜਾਂਦੇ ਨੇ, ਵਿਚਾਰਾਂ 'ਚ ਦੁੱਖ ਸੁੱਖ ਸ਼ੁਰੂ ਹੋ ਜਾਂਦਾ, ਵਿਚਾਰਾਂ 'ਚ ਪਾਪ ਪੁੰਨ ਸ਼ੁਰੂ ਹੋ ਜਾਂਦਾ, ਅਤੇ ਵਿਚਾਰਾਂ ਦਾ ਟਕਰਾਅ ਹੋ ਜਾਏ ਅਤੇ ਕਲੇਸ਼ ਮਨ ਅਤੇ ਤਨ ਅਤੇ ਪਰਿਵਾਰ ਕਲੇਸ਼ ਸ਼ੁਰੂ ਹੋ ਜਾਂਦਾ। ਇਸ ਕਰਕੇ ਫਿਰ ਇਹਨਾਂ ਨੂੰ ਤ੍ਰੈ ਗੁਣਾਂ ਤੋਂ ਉੱਪਰ ਉਠਾਉਣ ਵਾਸਤੇ ਤ੍ਰੈ ਗੁਣਾਂ 'ਚ ਕਿਵੇਂ ਇਹਨਾਂ ਵਿਚਰਨਾ ਹੈ, ਉਹ ਫਿਰ ਜੀਵਨ ਦੀ ਜਾਂਚ ਗੁਰਬਾਣੀ ਵਿੱਚ ਦੱਸੀ ਹੋਈ। ਅਗਰ ਸਾਡੇ ਮਨ ਵਿੱਚ ਕਲੇਸ਼ ਆ ਜਾਂਦਾ ਹੈ, ਵਿਚਾਰਾਂ ਟਕਰਾਅ ਹੋ ਜਾਂਦਾ ਹੈ, ਤਾਂ ਕਿਵੇਂ ਉਸ ਨੂੰ ਦੂਰ ਕੀਤਾ ਜਾਏ, ਉਹ ਆਪਾਂ ਨੂੰ ਵਿਧੀ ਦੱਸ ਦਿੱਤੀ। ਉਹਦੇ ਸਿਮਰੋ, ਸਿਮਰ ਸਿਮਰ ਸੁਖ ਭਾਵ ਕਾਲ ਕਲੇਸ਼ ਤਨ ਮਨ। ਅਗਰ ਪਰਿਵਾਰ ਵਿੱਚ ਕਲੇਸ਼ ਆ ਗਿਆ ਤਾਂ ਸਾਰਾ ਪਰਿਵਾਰ ਅੰਦਰ ਬੈਠ ਜਾਓ, ਸਿਮਰਨ ਕਰੋ, ਉਹ ਆਪਾਂ ਨੂੰ ਫਿਰ ਜੀਵਨ ਦੀ ਜਾਵੀ ਦੱਸ ਰਹੇ ਹੋਏ, ਕਤਰਾ ਮਿਲੋ ਮੇਰੇ ਭਾਈ, ਡੁੱਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋ ਜੋੜੀ ਗੁਰਮੁਖ ਬੈਸੋ ਸਭਾ ਵਿਛਾਏ, ਇਨ ਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੇ ਪੀਰ। ਐਸੀ ਅਵਸਥਾ ਵਿੱਚ ਇਹਨਾਂ ਬੱਚਿਆਂ ਨੇ ਸਮਝਿਆ ਹੋਇਆ ਇਹ ਤ੍ਰੈ ਗੁਣਾਂ ਦਾ ਖੇਲ, ਇਹ ਤ੍ਰੈ ਗੁਣਾਂ ਤੋਂ ਅਤੀਤ ਇਹਨਾਂ ਦੇ ਬੁੱਧ ਵਿਵੇਕ ਹੋ ਚੁੱਕੀ ਹੈ, ਵਿਵੇਕ ਗਿਆਨ ਹੋ ਚੁੱਕਾ ਹੈ, ਇਸ ਲੋਕ ਦੇ ਗਿਆਨ ਤੋਂ ਉੱਪਰ ਉੱਠ ਚੁੱਕੇ ਨੇ। ਇਸ ਕਰਕੇ ਅਸਲੀ ਜੀਵਨ ਹੁਣ ਗੁਰਮਤਿ ਦੇ ਮੁਤਾਬਕ ਇਹਨਾਂ ਨੇ ਜਿਉਣਾ, ਵਿਛੜੇ ਹੋਏ ਸੰਯੋਗੀ ਮਿਲੇ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੇ ਕੋਈ ਨਾ ਸਕ। ਜੇ ਤਾਂ ਇਹ ਜਿਸ ਤਰ੍ਹਾਂ ਬੱਚੇ ਨੇ ਅਤੇ ਬੱਚੇ ਨੇ ਇਹ ਖੇਲ ਸਮਝਿਆ ਹੋਇਆ, ਅਤੇ ਫਿਰ ਤਾਂ ਇਹ ਇੱਕ ਜੋਤ ਹੋ ਕੇ ਉਧਰੋਂ ਆਉਂਦੇ ਨੇ, ਖੇਡਦੇ ਨੇ, ਇਹਨਾਂ ਵਿੱਚ ਕੋਈ ਦੁਬਧਾ ਨਹੀਂ ਜੀਵਨ ਪਰ ਪਾਏ, ਕਿਉਂ ਜੀਵਨ ਦੀ ਜਾਂਚ ਸਿੱਖ ਲਈ, ਇਹ ਪਹਿਚਾਣ ਲਿਆ ਕਿ ਇੱਥੇ ਤਾਂ ਅਸੀਂ ਖੇਲਣ ਵਾਸਤੇ ਆਉਂਦੇ, ਰਾਤ ਨੂੰ ਅਸੀਂ ਆਪਦੇ ਘਰ ਚਲਾ ਜਾਣਾ, ਨਾ ਉੱਥੇ ਮਰਦ ਨਾ ਉੱਥੇ ਕੋਈ, ਸਿਰਫ ਇਹ ਕਾਇਆ ਦੇ ਘਰ ਦੇ ਵਿੱਚ ਹੀ ਖੇਲੇ, ਇਸ ਕਾਲ ਦੇ ਦੇਸ਼ ਵਿੱਚ ਹੀ ਖੇਲੇ। ਇਸ ਕਰਕੇ ਬਹੁਤ ਅਸੀਂ ਨਾਲ ਲਗਾ ਨਹੀਂ, ਇਸ ਲੋਕ ਨਾਲ ਲਗਾ ਨਹੀਂ, ਨਜ਼ਰ ਰਹਿੰਦਾ ਇੱਕ ਮਹਿਮਾਨ ਦੇ ਰੂਪ ਵੀ ਸਮਝਦੇ ਅਸੀਂ ਆਏ ਹਾਂ, ਖੁਸ਼ੀ ਖੁਸ਼ੀ ਇੱਥੇ ਵੇਚਣ ਵਾਸਤੇ ਆਏ, ਇੱਕ ਵਪਾਰੀ ਦੇ ਰੂਪ ਵਿੱਚ ਅਤੇ ਖਿਡਾਰੀ ਦੇ ਰੂਪ ਵਿੱਚ ਆਏ, ਇੱਕ ਦਰਸ਼ਕ ਬਣ ਕੇ ਖੇਲ ਵੇਖਣ ਆਏ। ਇਸ ਕਰਕੇ ਹਮੇਸ਼ਾ ਖੁਸ਼ ਦੇ ਖੇਡ ਵਿੱਚ ਬੱਚੇ ਰਹਿੰਦੇ।
ਸੋ ਇਹ ਤੁਸੀਂ ਹੁਣ ਦੁਸ਼ਮਣ ਵਿੱਚ ਵੀ ਦੇਖਿਆ ਬੱਚਿਆਂ ਦਾ ਵੀ ਕਿਸ ਤਰ੍ਹਾਂ ਸੰਯੋਗ ਹੋਇਆ, ਕਿਸ ਤਰ੍ਹਾਂ ਉਹ ਉਪਦੇਸ਼ ਆਤਮ ਤੌਰ 'ਤੇ ਸੁਖਮ ਦਾ ਗੁਰਬਾਣੀ ਵਿੱਚ ਸਮਝਾਇਆ ਗਿਆ। ਸੋ ਚਾਰੇ ਲਾਵਾਂ ਦਾ ਉਪਦੇਸ਼ ਜੋ ਬੱਚਿਆਂ ਨੇ ਮਾਨਸਿਕ ਤੌਰ 'ਤੇ ਸਮਝਿਆ, ਆਪਾਂ ਵੀ ਸਾਰਿਆਂ ਨੇ ਸਮਝਿਆ, ਹੁਣ ਇਹਨਾਂ ਦਾ ਜੀਵਨ ਸ਼ੁਰੂ ਹੋਣਾ। ਅਗਰ ਜੇ ਇਹ ਖੇਲ ਜਿਹੜਾ ਜੀਵ ਨਹੀਂ ਸਮਝਿਆ, ਸੰਯੋਗ ਹੋ ਗਿਆ, ਉਹਨਾਂ ਸੰਯੋਗ ਦਾ ਸਮਝਣ ਹੋਇਆ ਕਿੱਥੋਂ ਹੈ, ਕਿੱਥੇ ਜਾ ਕੇ ਫਿਰ ਇਕੱਠਿਆਂ ਹੋਣਾ? ਉਸ ਮਹਾਰਾਜ ਨੇ ਧੰਨ ਭਰੇ ਨਾ ਆਖੇ ਬਹਿਣਾ ਇਕੱਠੇ ਹੋਏ, ਉਹ ਉਂਝ ਕਹਿ ਛੱਡਦੇ ਤੂੰ ਮੇਰਾ ਪਤੀ ਹੈ, ਉਹ ਕਹੇਗਾ ਤੂੰ ਮੇਰੀ ਔਰਤ ਹੈ। ਪਰ ਜਦੋਂ ਇੱਥੋਂ ਵਾਪਸ ਜਾਣਗੇ ਸ਼ਾਮ ਦੇ ਟਾਈਮ 'ਤੇ ਆਪਦੇ ਘਰ ਇਸ ਲੋਕ ਵਿੱਚੋਂ ਇਕੱਲਾ ਇਕੱਲਾ ਜਾਣਗੇ, ਉੱਥੇ ਜਾ ਕੇ ਮਿਲਣਗੇ ਨਹੀਂ ਮਨਮੁੱਖ ਨੇ ਜਿਹੜੇ, ਜਿਹਨਾਂ ਖੇਲ ਦਾ ਗਿਆਨ ਨਹੀਂ। ਇਸ ਕਰਕੇ ਉਹਨਾਂ ਦਿਨ ਸਾਰਾ ਦਿਨ ਇੱਥੇ ਝੂਠ ਹੀ ਮਾਰਦੇ ਰਹਿੰਦੇ ਨੇ ਕਿ ਮੈਂ ਪਤੀ ਹਾਂ, ਮੈਂ ਔਰਤ ਹਾਂ। ਆਪਦ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠ ਸਭ ਬੋਲਾ। ਅਗਰ ਜੇ ਇਸ ਘਰ ਦੇ ਵਿੱਚ ਆਪਦੇ ਮਨ ਦਾ ਭੇਤ ਨਹੀਂ ਆਇਆ, ਆਪਦੇ ਮਨ ਨੂੰ ਨਹੀਂ ਪਛਾਣਿਆ, ਤੇ ਦਰਗਾਹ ਵਿੱਚ ਵੀ ਜਾ ਕੇ ਨਹੀਂ ਪਛਾਣ ਸਕਣਗੇ। ਇਸ ਕਰਕੇ ਨਾ ਬੱਚਿਆਂ ਨੇ ਆਪਣੇ ਆਪ ਦੀ ਪਛਾਣ ਕੀਤੀ, ਇਹ ਦਰਗਾਹ ਵਿੱਚ ਵੀ ਜਾ ਕੇ ਇਕੱਠੇ ਹੋਣਗੇ। ਉੱਥੇ ਜਦੋਂ ਹੁਕਮ ਵਿੱਚ ਚੱਲਦੇ ਨੇ ਬੱਚੇ, ਮਾਲਕ ਥਾਪੀ ਦਿੰਦਾ, ਜਾਂਦੇ ਨਾ ਹਿੱਕ ਨਾ ਲਾ ਲੈਂਦਾ। ਜਿਸ ਮਾਰੇ ਗੁਰਬਾਣੀ ਵਿੱਚ ਫਰਮਾ ਰਹੇ ਨੇ, ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿੰਨ ਦਰਗਾਹ ਹਰ ਹਰ ਦੇਵ ਵਡਿਆਈ, ਧੰਨ ਧੰਨ ਸ਼ਾਬਿਸ਼ ਕਹਿ ਪ੍ਰਭ ਜਨ ਕੋ, ਜਨ ਨਾਨਕ ਮੇਲ ਲੈ ਗੱਲ ਲੈ। ਜਿਹੜੇ ਬੱਚੇ ਮਾਂ ਪਿਓ ਦੇ ਹੁਕਮ ਵਿੱਚ ਹੁੰਦੇ ਨੇ, ਉਹਨਾਂ ਦੇ ਮਾਤਾ ਪਿਤਾ ਹਮੇਸ਼ਾ ਖੁਸ਼ ਰਹਿੰਦੇ, ਬਾਹਰੋਂ ਆਏ ਸ਼ਾਬਾਸ਼ ਦਿੱਤੀ ਆਓ। ਸੋ ਇਸੇ ਤਰ੍ਹਾਂ ਇਹਨਾਂ ਬੱਚਿਆਂ ਨੇ ਜੀਵਨ ਦੀ ਜਾਂਚ ਸਿੱਖੀ, ਇਹਨਾਂ ਦੇ ਮਾਤਾ ਪਿਤਾ ਵੀ ਗੁਰਮੁਖ ਪਰਿਵਾਰ ਨੇ, ਮਹਾਰਾਜ ਨੇ ਸੰਯੋਗ ਜੋੜੇ ਨੇ। ਬੱਚੇ ਤੇ ਬੱਚੇ ਦੇ ਸੰਯੋਗ ਨਾਲ ਅਗਰ ਜੇ ਤੁਸੀਂ ਅਜੇ ਤੱਕ ਜੀਵਨ ਦੀ ਜਾਂਚ ਨਹੀਂ ਸਿੱਖੀ, ਇਹਨਾਂ ਦਾ ਸੰਗ ਕਰਕੇ ਸਿੱਖ ਸਕਦੇ ਹੋ। ਇਹਨਾਂ ਦੇ ਰਾਹੀਂ ਤੁਸੀਂ ਇੱਥੇ ਆ ਕੇ ਜੀਵਨ ਦੇ ਜਾਂਚ ਸ਼ਨੀਵਾਰ ਦੇ ਸ਼ਨੀਵਾਰ ਆ ਕੇ ਸੰਗਤ ਵਿੱਚ ਸਿੱਖ ਸਕਦੇ ਹੋ। ਕੋਰਸ ਵੀ ਚੱਲਦਾ ਹੈ, ਇੱਕ ਸਾਲ ਦਾ ਸੰਸਪਾਈ ਦਾ, ਚਾਰ ਸਾਲ ਦਾ ਬ੍ਰਹਮ ਵਿੱਦਿਆ ਦਾ, ਤਾਂ ਕਿ ਇਸ ਲੋਕ ਦਾ ਗਿਆਨ ਅਤੇ ਪਰਲੋਕ ਦਾ ਗਿਆਨ ਹੋ ਜਾਵੇ, ਇਸ ਕਾਇਆ ਦਾ ਗਿਆਨ ਹੋ ਜਾਵੇ ਅਤੇ ਸੁਖਮ ਦਾ ਗਿਆਨ ਹੋ ਜਾਵੇ, ਆਤਮਾ ਦਾ ਗਿਆਨ ਹੋ ਜਾਵੇ ਅਤੇ ਮਨ ਦਾ ਗਿਆਨ ਹੋ ਜਾਵੇ ਅਤੇ ਪਰਮਾਤਮਾ ਦਾ ਗਿਆਨ ਹੋ ਜਾਵੇ, ਤਾਂ ਕਿ ਇਸ ਖੇਲ ਨੂੰ ਇਸ ਤਰ੍ਹਾਂ ਖੇਲਿਆ ਜਾਏ ਜਿਵੇਂ ਅਸੀਂ ਘਰੋਂ ਖੇਤ ਜਾਂਦੇ ਹਾਂ, ਖੇਤੋਂ ਘਰ ਵਾਪਸ ਆ ਜਾਂਦੇ ਹਾਂ, ਕਰਮ ਕੀਤਾ ਘਰ ਆ ਗਏ, ਨੌਕਰੀ ਜਾਂਦੇ ਹਾਂ, ਨੌਕਰ ਕੇ ਵਾਪਸ ਘਰ ਆ ਗਏ, ਦੁਕਾਨ ਕਰਦੇ ਹਾਂ, ਦੁਕਾਨ ਬੰਦ ਕੀਤੀ ਘਰ ਆ ਗਏ, ਦਿਹਾੜੀ ਜਾਂਦੇ ਹਾਂ ਘਰ ਆ ਗਏ। ਇਸੇ ਤਰ੍ਹਾਂ ਇਹਨਾਂ ਬੱਚਿਆਂ ਨੇ ਇਹ ਹੁਣ ਸਿੱਖ ਲਿਆ ਹੈ, ਇਹ ਸੱਚੇ ਮਹਿਲ ਵਿੱਚੋਂ ਸਵੇਰੇ ਆਉਣਗੇ ਔਰ ਸ਼ਾਮ ਨੂੰ ਫਿਰ ਵਾਪਸ ਆਉਂਦੇ। ਸੱਚੇ ਮਹਿਲ ਨਿਵਾਸ ਨਿਰੰਤਰ, ਆਓਗੇ ਹੁਣ ਚੁਕਾਇਆ ਨਾ ਮਨ ਚੱਲੇ ਨਾ ਪਾਉਣ ਉਡਾਏ। ਇਹਨਾਂ ਬੱਚਿਆਂ ਨੂੰ ਭੇਜਦੇ ਕਿ ਇਸ ਲੋਕ ਦਾ ਖੇਲ ਹੀ ਪਾਉਣ ਦੁਆਰਾ ਚੱਲਦਾ ਹੈ। ਇਸ ਦੇਸ਼ ਦਾ ਗੁਰੂ ਪਾਉਣ ਹੈ ਅਤੇ ਸਾਡੇ ਦੇਸ਼ ਦਾ ਗੁਰੂ ਸ਼ਬਦ ਹੈ। ਸਾਡੇ ਦੇਸ਼ ਸ਼ਬਦ ਦੁਆਰਾ ਖੇਲ ਚੱਲਦਾ ਹੈ, ਸੁਖਮ ਖੇਲ ਹੈ ਜਿੱਥੋਂ ਦੇ ਆਪਾਂ ਰਹਿਣ ਵਾਲੇ। ਇਸ ਲੋਕ ਦਾ ਪਾਉਣ ਦਾ ਖੇਲ ਚੱਲਦਾ, ਇੱਥੇ ਪਾਉਣ ਗੁਰੂ ਹੈ। ਇਸ ਕਰਕੇ ਸ਼ਬਦ ਰਾਹੀਂ ਸਵੇਰੇ ਆਉਣਾ, ਸ਼ਬਦ ਨੂੰ ਛੱਡਣਾ, ਪਾਉਣ ਵਿੱਚ ਪ੍ਰਵੇਸ਼ ਹੋਣਾ, ਅਵਸਰ ਮੁੱਖ ਰਹਿ ਕੇ ਹੁਕਮ ਵਿੱਚ ਰਹਿ ਖੇਲ ਖੇਲਣਾ, ਪਾਉਣ ਨੂੰ ਛੱਡਣਾ, ਸਦੇ ਸਮਾ ਕੇ ਆਪਦੇ ਘਰ ਜਾਣਾ। ਜਿਸ ਤਰ੍ਹਾਂ ਆਪਾਂ ਇੱਧਰ ਆਉਂਦੇ ਹਾਂ, ਪਾਉਣ ਨੂੰ ਛੱਡ ਕੇ ਤ੍ਰੈਗੁਣਾ ਤੋਂ ਅਤੀਤ ਹੋ ਕੇ ਆਪਦੇ ਘਰ ਜਾਣਾ ਚੌਥੇ ਪਦ ਵਿੱਚ, ਔਰ ਚੌਥੇ ਪਦ ਇੱਧਰ ਆਉਣਾ। ਇਹ ਖੇਲ ਸਿੱਖ ਚੁੱਕੇ ਨੇ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਹ ਹੋ ਹੋ ਆ ਮੇਰੇ ਬਾਬੂਲਾ, ਵਿਆਹ ਹੋ ਹੋ ਆ ਮੇਰੇ ਬਾਬੂਲਾ, ਗੁਰਮੁਖ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸੀ ਦਾਦਾ ਜੀ, ਸਾਰਾ ਕੁਛ ਬੜਾ ਆਨੰਦ ਆਇਆ। ਏਦਾਂ ਹੋਣੀ ਚਾਹੀਦੀ ਹੈ। ਹਾਂ ਬਾਪੂ ਜੀ, ਬਹੁਤ ਇਹਨਾਂ ਤੇ ਜ਼ਿੰਦਗੀ ਚ ਇਹੋ ਜਿਹਾ ਪਹਿਲੀ ਵਾਰ ਵੇਖਿਆ ਹੋਣਾ। ਬ੍ਰਹਮ ਗਿਆਨ ਕੇਂਦਰ ਦੇ ਸਾਰੇ ਸਿਖਿਆਰਥੀ ਇੱਕ ਪਰਿਵਾਰ ਵਾਂਗ ਸਵਾਗਤ ਕਰ ਰਹੇ ਸੀ ਬਰਾਤ ਦਾ। ਪਹਿਲਾਂ ਬੈਂਡ ਨਾਲ ਸਵਾਗਤ ਕੀਤਾ, ਫਿਰ ਕਮਾਲ ਦਾ ਗੱਤਕਾ ਖੇਡਿਆ, ਸ਼ਬਦ ਕੀਰਤਨ ਹੋਇਆ, ਪੂਰਨ ਗੁਰਮਰਯਾਦਾ ਅਨੁਸਾਰ ਲਾਵਾਂ ਹੋਈਆਂ, ਫਿਰ ਭਾਈ ਸਾਹਿਬ ਨੇ ਜਿਹੜੀ ਕਥਾ ਕੀਤੀ ਰੂਹ 'ਚ ਜੋੜ ਕੇ ਰੱਖ ਦਿੱਤੀ ਸਭ ਦੀ। ਕਈਆਂ ਨੂੰ ਤਾਂ ਪਹਿਲੀ ਵਾਰੀ ਪਤਾ ਲੱਗਾ ਬਈ ਵਿਆਹ ਦੇ ਅਸਲੀ ਅਰਥ ਕੀ ਹੁੰਦੇ ਆ ਗੁਰਬਾਣੀ ਅਨੁਸਾਰ, ਅਤੇ ਸੰਯੋਗ ਧੁਰੋਂ ਕਿਵੇਂ ਲਿਖੇ ਹੁੰਦੇ ਆ। ਇਹੋ ਜਿਹੀ ਗੁਰਮਤਿ ਜੀਵਨ ਜਾਚ ਸਿਖਾਉਣ ਦੀ ਬਹੁਤ ਲੋੜ ਹੈ ਅੱਜ ਕੱਲ੍ਹ ਬੀਬਾ ਜੀ। ਜਦੋਂ ਦੇ ਹੋਟਲਾਂ 'ਚ ਵਿਆਹ ਹੋਣ ਲੱਗਿਆ ਬਾਪੂ ਜੀ, ਉਦੋਂ ਦਾ ਤਾਂ ਵਿਆਹ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਲੋਕਾਂ ਨੇ। ਆਨੰਦ ਕਾਰਜ ਹੀ ਸਭ ਤੋਂ ਵੱਡੀ ਗੱਲ ਹੁੰਦੀ ਸੀ ਵਿਆਹ ਵਿੱਚ, ਪਰ ਹੁਣ ਤਾਂ ਨਜ਼ਦੀਕੀ ਰਿਸ਼ਤੇਦਾਰ ਹੀ ਪਹੁੰਚਦੇ ਆਨੰਦ ਕਾਰਜ ਵਿੱਚ, ਬਾਕੀ ਤਾਂ ਸਭ ਹੋਟਲ ਵਿੱਚ ਨਾਚ ਗਾਣਾ ਹੀ ਬੈਠੇ ਦੇਖਦੇ ਰਹਿੰਦੇ ਆ। ਲੜਾਈ ਝਗੜੇ ਅਤੇ ਤਲਾਕਾਂ ਦੀ ਨੌਬਤ ਤਾਂ ਹੀ ਆਉਂਦੀ ਹੈ ਬੀਬਾ ਜੀ, ਜੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਤਾਂ ਇਹ ਨੌਬਤ ਕਾਹਤੋਂ ਆਵੇ। ਦਾਦਾ ਜੀ, ਲੋਕ ਤਾਂ ਵਿਦੇਸ਼ ਜਾਣ ਦੇ ਲਾਲਚ ਵਿੱਚ ਵਿਆਹ ਵੀ ਨਕਲੀ ਕਰਵਾ ਲੈਂਦੇ ਆ, ਵਿਆਹ ਦੀਆਂ ਤਸਵੀਰਾਂ ਵੀ ਨਕਲੀ ਖਿਚਵਾ ਲੈਂਦੇ ਆ, ਅਤੇ ਲਾਵਾਂ ਫਿਰ ਵੀ ਨਕਲੀ ਕਰਵਾ ਲੈਂਦੇ ਆ। ਵਾਹਿਗੁਰੂ ਵਾਹਿਗੁਰੂ। ਬਾਪੂ ਜੀ, ਆਪਾਂ ਵੀ ਆਪਣੇ ਬੱਚਿਆਂ ਦੇ ਵਿਆਹ ਇਸੇ ਤਰ੍ਹਾਂ ਹੀ ਕਰਾਂਗੇ ਗੁਰਦੁਆਰੇ ਜਾ ਕੇ, ਸਾਨੂੰ ਤਾਂ ਬਹੁਤ ਵਧੀਆ ਲੱਗਿਆ। ਇਹ ਤਾਂ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਪੁੱਤ। ਆਪਣੀ ਗੁਆਂਢੀ ਆਂਟੀ ਵੀ ਗਿਆ ਸੀ, ਕਹਿੰਦੇ ਸੀ ਇਹ ਵੀ ਕੋਈ ਵਿਆਹ ਵਾ, ਕੋਈ ਨਾਚ ਗਾਣਾ ਨਹੀਂ, ਕੋਈ ਡੀਜੇ ਨਹੀਂ, ਕੋਈ ਸਿੰਗਰ ਨਹੀਂ। ਸਾਰੀ ਦੁਨੀਆਂ ਤਾਂ ਕੋਈ ਵੀ ਨਹੀਂ ਖੁਸ਼ ਕਰ ਸਕਦਾ ਬੇਟੇ, ਲੱਖਾਂ ਰੁਪਇਆ ਖਰਚ ਕਰਨ ਵਾਲਿਆਂ 'ਚ ਵੀ ਨੁਕਸ ਕੱਢ ਦਿੰਦੇ ਨੇ ਕੱਢਣ ਵਾਲੇ ਤਾਂ। ਜਦੋਂ ਗੁਰਬਾਣੀ ਮੁਤਾਬਕ ਜੀਵਨ ਜਾਚ ਸਿੱਖ ਗਏ ਤਾਂ ਇਹ ਵੀ ਹਟ ਜਾਣਗੇ, ਇੱਦਾਂ ਕਹਿ ਲਓ। ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਿਮਰ ਬੇਟੇ, ਆ ਗੁਆਂਢ 'ਚ ਆਪਣੀ ਭਾਬੀ ਨੂੰ ਬੋਲੀ ਦੇ ਆ, ਉਹਨੂੰ ਬਹੁਤ ਸਵਾਦ ਲੱਗਦੀ ਆ। ਬੀ ਜੀ, ਮੈਂ ਸੁੰਭਰ ਨਹੀਂ ਸੀ। ਕੋਈ ਗੱਲ ਨਹੀਂ, ਮੈਂ ਸੁੰਭਰ ਲੈਂਦੀ ਹਾਂ ਉੱਥੋਂ ਦੇ। ਆਂਟੀ ਜੀ, ਆਲੋ ਬੋਲੀ, ਸਾਡੀ ਮੱਝ ਸੂਈ ਸੀਗੀ ਕੱਲ੍ਹ, ਭਾਬੀ ਜੀ ਇੱਕ ਵਾਰੀ ਕਹਿੰਦੇ ਸੀ ਮੈਨੂੰ ਬੋਲੀ ਬੜੀ ਸਵਾਦ ਲੱਗਦੀ ਹੈ। ਭਾਬੀ ਨੇ ਬੋਲੀ ਕੀ ਖਾਣੀ ਆ, ਰਾਤ ਦੀ ਉਲਟੀਆਂ ਕਰੀ ਜਾਣ ਡਈ ਆ। ਦਵਾਈ ਨਹੀਂ ਦਵਾਈ ਕੋਈ? ਆਪ ਤਾਂ ਮੈਂ ਜਾਣ ਜੋਗੀ ਨਹੀਂ, ਇੱਥੋਂ ਤੁਰਿਆ ਨਹੀਂ ਜਾਂਦਾ। ਡਾਕਟਰ ਨੂੰ ਫੋਨ ਕੀਤਾ ਸੀ, ਡਾਕਟਰ ਆਇਆ ਨਹੀਂ। ਭਾਬੀ 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 ਜੀ, ਇਹ ਤਾਂ ਬੋਲਦੇ ਨਹੀਂ, ਬੜੀ ਬੇਹੋਸ਼ੀ ਜਿਹੀ ਪੈ ਲੱਗਦੇ। ਮੈਂ ਹੁਣੇ ਦਾਦਾ ਜੀ ਨੂੰ ਭੇਜਦੀ ਹਾਂ ਜਾ ਕੇ। ਵਾਹਿਗੁਰੂ 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 ਵਾਹਿ
ਆ ਪੁੱਤ ਲਾ ਦੁੱਧ। ਦਾਦਾ ਜੀ ਨਾਲ ਵਾਲੇ ਗੁਰਮੀਤ ਭਾਬੀ ਜੀ ਨੂੰ ਉਲਟੀਆਂ ਲੱਗੀਆਂ ਹੋਈਆਂ ਰਾਤ ਦੀਆਂ, ਬੇਹੋਸ਼ੀ ਜੀ 'ਚ ਪਏ ਆ, ਬੋਲਦੇ ਹੀ ਨਹੀਂ ਪਏ, ਕਹਿੰਦੇ ਸੀ ਡਾਕਟਰ ਨੂੰ ਫੋਨ ਕੀਤਾ, ਡਾਕਟਰ ਹਜੇ ਤੱਕ ਆਇਆ ਹੀ ਨਹੀਂ। ਤੁਸੀਂ ਮਨਜੀਤ ਪੁੱਤ ਦੁੱਧ ਸਾਂਭ ਕੇ ਚੱਲੋ ਉਹਦੇ ਕੋਲ, ਮੈਂ ਡਾਕਟਰ ਨੂੰ ਲੈ ਕੇ ਆਉਣਾ। ਨਹੀਂ ਵੀਰ ਜੀ ਦੁੱਧ ਮੈਂ ਲੈ ਜਾਂਦੀ, ਤੁਸੀਂ ਜਾਓ ਉਹਨਾਂ ਕੋਲ। ਭੈਣ ਜੀ ਤੁਸੀਂ ਰਾਤੀ ਦੱਸਣਾ ਸੀ ਆਪਾਂ ਕੋਈ ਓੜ ਪੋੜ ਕਰਦੇ। ਮੈਂ ਕਿਹਾ ਭੈਣ ਜੀ ਕੀ ਤਕਲੀਫ ਦੇਣੀ ਰਾਤ? ਤਕਲੀਫ ਕਿਸ ਗੱਲ ਦੀ ਭੈਣ ਜੀ, ਆਂਢ ਗੁਆਂਢ ਇਸੇ ਕੰਮ ਲਈ ਹੁੰਦਾ ਹੈ। ਕੋਈ ਗੱਲ ਨਹੀਂ, ਬਾਪੂ ਜੀ ਆਉਂਦੇ ਹੀ ਹੋਣੇ ਡਾਕਟਰ ਨੂੰ ਲੈ ਕੇ। ਬੀਬਾ ਜੀ ਆ ਕੇ ਡਾਕਟਰ ਸਾਹਿਬ ਉੱਤੇ ਚੈੱਕ ਕਰਾਓ। ਬੀਬਾ ਜੀ ਡਾਕਟਰ ਸਾਹਿਬ ਸਾਰੀ ਰਾਤ ਉਲਟੀਆਂ ਕਰਦੀ ਰਹੀ ਹੈ। ਕਾਫੀ ਡਾਊਨ ਚੱਲਦੇ ਪਏ, ਕੋਈ ਨਹੀਂ ਠੀਕ ਹੋ ਜਾਣਗੇ। ਇਹਨਾਂ ਨੂੰ ਗੁਲੂਕੋਜ਼ ਲਾਉਣਾ ਪਵੇਗਾ, ਬਲੱਡ ਚੈੱਕ ਕਰ ਲਈਏ ਆਪਾਂ। ਸਰ ਦੱਸੋ ਕੋਈ ਚੀਜ਼ ਲਿਆਉਣਾ ਨਹੀਂ ਜਾਂ ਦਵਾਈ ਲਿਆਉਣੀ, ਮੈਂ ਫਟਾਫਟ ਲੈ ਆਵਾਂ। ਲਓ ਮੈਂ ਦਵਾਈ ਲਿਖ ਦੇਣਾ, ਤੁਸੀਂ ਛੇਤੀ ਛੇਤੀ ਲਿਆਓ, ਫਿਰ ਆਪਾਂ ਨੂੰ ਗੁਲੂਕੋਜ਼ ਲਾ ਦਿੰਦੇ। ਇੱਕ ਗੁਲੂਕੋਜ਼ ਦੀ ਬੋਤਲ ਹੈ, ਨਾਲ ਇੰਜੈਕਸ਼ਨ, ਇੱਕ ਇਹਨਾਂ ਨੂੰ ਗਲੂਕੋਜ਼ ਪੀਣ ਵਾਸਤੇ ਨਾਲ ਨੂੰ ਪਾਣੀ 'ਚ ਪਾ ਕੇ ਉਹ ਲੈ ਦਿੱਤਾ। ਹੈਲੋ ਇਹ ਲੈ ਆਓ ਜਲਦੀ, ਫਿਰ ਆਪਾਂ ਲਾ ਦਈਏ। ਸਰ ਠੀਕ ਹੋ ਜਾਣਗੇ? ਹਾਂਜੀ ਠੀਕ ਹੋ ਜਾਣਗੇ, ਚਿੰਤਾ ਵਾਲੀ ਕੋਈ ਗੱਲ ਨਹੀਂ। ਤੁਸੀਂ ਸਮੇਂ ਸਿਰ ਪਹੁੰਚ ਗਏ ਜੀ, ਜੇ ਲੇਟ ਹੋ ਜਾਂਦੇ ਫਿਰ ਖਤਰਾ ਹੋ ਸਕਦਾ ਸੀ। ਡਾਕਟਰ ਸਾਹਿਬ ਬਚਾ ਲਓ, ਮੈਂ ਕੀ ਜਵਾਬ ਦਊਂਗੀ ਭਤੀਜੇ ਆਪਦੇ ਆਏ ਨੂੰ? ਡਾਕਟਰ ਸਾਹਿਬ ਜੀ ਦਵਾਈਆਂ ਲਿਆਓ ਜੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਡਾਕਟਰ ਸਾਹਿਬ ਛੇਤੀ ਠੀਕ ਕਰ ਦਿਓ ਇਹਨਾਂ ਨੂੰ। ਕੋਈ ਨਹੀਂ ਛੇਤੀ ਠੀਕ ਹੋ ਜਾਣਗੇ ਜੀ, ਚਿੰਤਾ ਵਾਲੀ ਕੋਈ ਗੱਲ ਨਹੀਂ। ਸਰ ਕੁਛ ਹੋਰ ਲਿਆਓ। ਸਰ ਨਹੀਂ ਕੁਝ ਨਹੀਂ ਚਾਹੀਦਾ, ਤੁਸੀਂ ਚੌਕਾ ਪ੍ਰਸ਼ਾਦ ਦਾ ਚੱਲ ਰਿਹਾ। ਸਰ ਨੂੰ ਬਾਹਰ ਰੋਟੀ ਖਾਵਾਂ ਸਰ, ਘਰੋਂ ਰੋਟੀ ਲੈਣ ਭੁੱਲ ਗਿਆ ਸਰ। ਭੁੱਲ ਗਏ ਸਰ? ਕੋਈ ਗੱਲ ਨਹੀਂ ਬੈਠੋ, ਆਪਾਂ ਰਲ ਕੇ ਛੱਕ ਲੈਂਦੇ ਹਾਂ। ਨਹੀਂ ਨਹੀਂ ਸਰ ਪਲੀਜ਼ ਛੱਕੋ ਸਰ, ਮੈਂ ਬਜ਼ਾਰੋਂ ਛੱਕਿਆ ਸਰ। ਬੈਠੋ, ਆਪਣੇ ਕੋਲ ਬਹੁਤ ਪ੍ਰਸ਼ਾਦ ਹੈ, ਰਲ ਕੇ ਛੱਕ ਲੈਂਦੇ ਹਾਂ। ਕੀ ਕਰੀ ਜਾਂਦੇ? ਵੇਖ ਰਹੇ ਆ ਦੋਨੋਂ ਇਕੱਠੇ ਬੈਠੇ ਆ, ਕਿਵੇਂ ਖਾਂਦੇ ਪਏ, ਕਮਾਲ ਹੋਈ ਵੀ। ਸਬਜ਼ੀ ਬਹੁਤ ਸਵਾਦ ਬਣੀ ਆ। ਅੱਛਾ ਜੀ ਹਾਂ, ਖਾ ਕੇ ਵੇਖੋ। ਦਾਦਾ ਤੂੰ ਵੀ ਖਾਦਾ ਹੀ। ਗੁਰਪ੍ਰੀਤ ਤੂੰ ਕੀ ਲੈ ਕੇ ਆਇਆ? ਮੈਡਮ ਅੱਜ ਮੇਰਾ ਪੇਟ ਖਰਾਬ ਹੈ, ਘਰ ਦੇ ਨੇ ਖਿਚੜੀ ਬਣਾ ਕੇ ਦਿੱਤੀ ਆ। ਅੱਜ ਨਹੀਂ ਕਰੇਲੇ ਬਣਾ ਕੇ ਦਿੱਤੇ? ਨਹੀਂ ਅੱਜ ਫਿਰ ਤਬੀਅਤ ਠੀਕ ਨਹੀਂ। ਅੱਛਾ ਹਾਂਜੀ, ਦਹੀਂ ਲੈ ਲਓ ਥੋੜਾ ਜਿਹਾ ਗੁਰਪ੍ਰੀਤ ਜੀ।
ਨਹੀਂ ਅੱਜ ਰਹਿਣ ਹੀ ਦਿਓ ਜੀ, ਅੱਜ ਥੋੜ੍ਹਾ ਤਬੀਅਤ ਖਰਾਬ ਹੈਗੀ ਆ। ਚਪੜਾਸੀ ਵੀ ਤਾਂ ਇਨਸਾਨ ਹੈ, ਉਹਨੂੰ ਵੀ ਤੁਸੀਂ ਭਗਵਾਨ ਨੇ ਪੈਦਾ ਕੀਤਾ ਜਿਹਨੇ ਸਾਨੂੰ ਪੈਦਾ ਕੀਤਾ। ਕਿਹੜਾ ਮੈਡਮ ਨੂੰ ਕੀ ਹੋ ਗਿਆ? ਲੱਗਦਾ ਇਹਨੂੰ ਐਸ ਡੀ ਓ ਵਾਲਾ ਹੀ ਬੁਖਾਰ ਹੋ ਗਿਆ। ਮੈਂ ਤਾਂ ਕਹਿੰਦੀ ਹਾਂ ਸਭ ਨੂੰ ਹੋਵੇ ਇਹ ਬੁਖਾਰ, ਮਨ ਨੂੰ ਬਹੁਤ ਸ਼ਾਂਤੀ ਦਿੰਦਾ, ਅਜ਼ਮਾ ਕੇ ਦੇਖ ਲਓ। ਤੁਸੀਂ ਠੀਕ ਕਹਿੰਦੇ ਮੈਡਮ, ਇਹ ਗੁੰਗੇ ਦੀ ਮਠਿਆਈ ਹੈ, ਇਸਦਾ ਆਨੰਦ ਤਾਂ ਉਹੀ ਜਾਣਦਾ ਜਿਸ ਨੂੰ ਇਹ ਸੁਭਾਗ ਪ੍ਰਾਪਤ ਹੋਇਆ। ਜੇ ਕੱਲ ਗੁਆਂਢੀ ਨਾ ਆਉਂਦੇ ਤੇ ਪਤਾ ਨਾ ਤੈਨੂੰ ਕੀ ਹੋ ਜਾਂਦਾ, ਤੇ ਕੀ ਦੱਸਦੀ ਮੈਂ ਕੁਲਵਿੰਦਰ ਪੁੱਤ ਆਏ ਨੂੰ। ਚਾਚੀ ਆਪਾਂ ਕਿੰਨਾ ਕੁਝ ਕਹਿੰਦੇ ਰਹੇ ਉਹਨਾਂ ਨੂੰ, ਫਿਰ ਵੀ ਵੇਖ ਕਿੰਨੇ ਚੰਗੇ ਆ, ਸੁਣਦਿਆਂ ਸਾਰੇ ਭੱਜੇ ਆਏ, ਫਿਰ ਰਦਾ ਗੁੱਸਾ ਨਹੀਂ ਕੀਤਾ ਉਹਨਾਂ ਨੂੰ। ਗੁਆਂਢੀ ਹੋਣ ਤੇ ਇਹੋ ਜਿਹੀ ਹੋਣ ਚਾਚੀ। ਆਂਟੀ ਜੀ, ਹਲੋ ਆਂਟੀ ਜੀ, ਖਿਚੜੀ ਬੀਜੀ ਨੇ ਭਾਬੀ ਜੀ ਲਈ ਭੇਜੀ ਹੈ ਬਣਾ ਕੇ। ਬੇਟਾ ਕਾਹਨੂੰ ਖੇਚਲ ਕਰਨੀ ਜੀ, ਦੱਸੋ ਮੈਂ ਬਣਾ ਲੈਂਦੀ। ਆਂਟੀ ਜੀ ਇਹਦੇ ਵਿੱਚ ਖੇਚਲ ਵਾਲੀ ਕਿਹੜੀ ਗੱਲ, ਆਖਿਰ ਇਨਸਾਨ ਹੀ ਤਾਂ ਇੱਕ ਦੂਜੇ ਦੇ ਕੰਮ ਆਉਂਦੇ ਆ। ਚਲੋ ਇਸ ਬਹਾਨੇ ਸਾਨੂੰ ਮੌਕਾ ਮਿਲ ਗਿਆ ਤੁਹਾਡੀ ਸੇਵਾ ਕਰਨ ਦਾ। ਮਾਫ ਕਰ ਦਿਓ ਸਾਨੂੰ, ਕਿੰਨਾ ਕੁਝ ਕਹਿੰਦੇ ਰਹੇ ਅਸੀਂ ਤੁਹਾਨੂੰ। ਓਫੋ ਭਾਬੀ ਜੀ, ਦੇਖੋ ਤੁਸੀਂ ਜਲਦੀ ਜਲਦੀ ਠੀਕ ਹੋ ਜਾਓ, ਆਪਾਂ ਰਲ ਕੇ ਕੀਰਤਨ ਕਰਾਂਗੇ। ਆਲੋ ਖਿਚੜੀ ਖਾਓ ਤੁਸੀਂ। ਖਾਓ ਖਾਓ, ਛੇਤੀ ਛੇਤੀ ਠੀਕ ਹੋਇਓ, ਫਿਰ ਆਪਾਂ ਰਲ ਕੇ ਕੀਰਤਨ ਕਰਿਆ ਕਰਾਂਗੇ। ਹੈਲੋ, ਐਸ ਜੀ ਗੁਰਸੇਵ ਸਿੰਘ ਬੋਲ ਰਹੇ ਜੀ, ਠੀਕ ਹੋ ਗਏ ਕੰਮ? ਸ਼ੁਕਰੀਆ ਵਾਲੀ ਕਿਹੜੀ ਗੱਲ ਹੈ ਜੀ, ਇਹ ਤਾਂ ਸਾਡਾ ਫਰਜ਼ ਹੈ ਜੀ। ਹਾਂਜੀ, ਹੋਰ ਕੰਮ ਹੋਇਆ ਤਾਂ ਦੱਸਿਓ। ਓਕੇ ਜਸਵੀਰ ਸਿੰਘ। ਜੀ ਸਰ, ਰਣਜੀਤ ਸਿੰਘ ਨੂੰ ਬੁਲਾ ਲਿਆ। ਠੀਕ ਹੈ ਸਰ। ਰਣਜੀਤ ਸਿੰਘ ਦਾ ਟੈਲੀਫੋਨ ਆ ਗਿਆ ਸੀਗਾ ਜੀ ਮੈਨੂੰ ਛੁੱਟੀ ਬਾਰੇ, ਉਹਦੇ ਬੇਟੇ 'ਤੇ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋ ਗਿਆ? ਵਾਹਿਗੁਰੂ ਵਾਹਿਗੁਰੂ। ਜ਼ਿਆਦਾ ਸੱਟ ਤਾਂ ਨਹੀਂ ਲੱਗੀ? ਦੱਸਦਾ ਸਿਰ 'ਚ ਸੱਟ ਕਾਫੀ ਆ, ਪਰ ਵੈਸੇ ਖਤਰੇ ਤੋਂ ਬਾਹਰ। ਤੁਸੀਂ ਜਾਓ ਉਹਨਾਂ ਕੋਲ, ਉਹਨਾਂ ਨੂੰ ਉੱਥੇ ਮਦਦ ਦੀ ਜ਼ਰੂਰਤ ਹੋਊਗੀ। ਦੇਖੋ ਆਪਾਂ ਇੱਕ ਪਰਿਵਾਰ ਆ ਨਾ, ਆਪਾਂ ਇੱਕ ਦੂਸਰੇ ਦੇ ਕੰਮ ਆਉਣਾ ਹੁੰਦਾ। ਉਹ ਮੇਨ ਰੋਡ ਵਾਲਾ ਟਰਾਂਸਫਾਰਮ ਸੜਿਆ ਜੀ, ਲੋਕ ਰੌਲਾ ਪਾਈ ਜਾਂਦੇ ਆ, ਟੈਲੀਫੋਨ ਕਰੀ ਜਾਂਦੇ ਆ ਵਾਰ ਵਾਰ, ਫਿਰ ਤੁਸੀਂ ਸਾਨੂੰ ਕਹਿਣਾ ਠੀਕ ਨਹੀਂ ਕੀਤਾ। ਟਰਾਂਸਫਾਰਮਰ ਠੀਕ ਕਰਨਾ ਵੀ ਜ਼ਰੂਰੀ ਹੈ ਅਤੇ ਆਪਣਾ ਹਸਪਤਾਲ ਪਹੁੰਚਣਾ ਵੀ ਬਹੁਤ ਜ਼ਰੂਰੀ ਹੈ।
ਤੁਸੀਂ ਹਸਪਤਾਲ ਜਾਓ, ਇੱਥੇ ਮੈਂ ਆਪੇ ਸੰਭਾਲ ਲੂੰਗਾ, ਚਿੰਤਾ ਨਾ ਕਰੋ। ਥੈਂਕ ਯੂ ਸਰ। ਵਾਹਿਗੁਰੂ ਬੇਟੇ ਨੂੰ ਠੀਕ ਕਰ ਦੇਵੇ, ਇਹਨੂੰ ਵਾਹਿਗੁਰੂ ਇਸੇ ਪਾਸੇ ਕਿਰਪਾ ਕਰਦੇ ਹੋ। ਹੈਲੋ ਰਣਜੀਤ ਸਿੰਘ, ਮੈਂ ਗੁਰਸੇਵ ਸਿੰਘ ਬੋਲ ਰਿਹਾ। ਕੀ ਹਾਲ ਹੈ ਬੇਟੇ ਦਾ? ਸਰ ਮੇਰਾ ਮਨ ਬਹੁਤ ਘਬਰਾ ਰਿਹਾ ਸਰ, ਪਤਾ ਨਹੀਂ ਕੀ ਹੋ ਗਿਆ ਸਰ। ਮੈਂ ਸਮਝਾਂ ਤੁਹਾਡੀ ਹਾਲਤ। ਵੇਖੋ ਵਾਹਿਗੁਰੂ ਦਾ ਨਾਮ ਜਪਿਓ, ਸਿਮਰਨ ਕਰਿਓ, ਉਸੇ ਨੇ ਕਿਰਪਾ ਕਰਨੀ ਹੈ। ਸਰ ਡਾਕਟਰ ਕਹਿੰਦੇ ਬਲੱਡ ਦੀ ਇਮੀਡੀਏਟਲੀ ਜ਼ਰੂਰਤ ਹੈ, ਪਰ ਓ ਨੈਗੇਟਿਵ ਗਰੁੱਪ ਵਾਲਾ ਬਲੱਡ ਕਿਤੋਂ ਮਿਲ ਨਹੀਂ ਰਿਹਾ ਸਰ। ਓ ਨੈਗੇਟਿਵ? ਮੇਰਾ ਬਲੱਡ ਗਰੁੱਪ ਵੀ ਓ ਨੈਗੇਟਿਵ ਹੈ। ਤੁਸੀਂ ਚਿੰਤਾ ਨਾ ਕਰੋ, ਮੈਂ ਹੁਣੇ ਪਹੁੰਚਦਾ ਹਸਪਤਾਲ। ਅੱਛਾ ਸਰ, ਥੈਂਕ ਯੂ ਸਰ, ਮਿਹਰਬਾਨੀ ਸਰ, ਥੈਂਕ ਯੂ। ਰਣਜੀਤ ਕੀ ਹਾਲ ਹੈ ਬੇਟੇ ਦਾ? ਕੁਛ ਪਤਾ ਨਹੀਂ ਲੱਗ ਰਿਹਾ, ਬਹੁਤ ਘਬਰਾਹਟ ਹੋ ਰਹੀ ਹੈ। ਡਾਕਟਰ ਕਹਿੰਦੇ ਓ ਨੈਗੇਟਿਵ ਗਰੁੱਪ ਵਾਲਾ ਬਲੱਡ ਚਾਹੀਦਾ। ਓ ਨੈਗੇਟਿਵ ਗਰੁੱਪ ਹੈ ਬੇਟੇ ਦਾ ਵੀ, ਇਹ ਤਾਂ ਬਹੁਤ ਘੱਟ ਮਿਲਦਾ। ਪਰ ਹੁਣ ਮਿਲ ਗਿਆ SDO ਸਾਹਿਬ ਦਾ, SDO ਸਾਹਿਬ ਨੇ ਫੋਨ ਕੀਤਾ ਸੀ, ਉਹ ਆ ਰਿਹਾ। ਚਲੋ ਬਹੁਤ ਚੰਗਾ ਹੋਇਆ, ਫਿਰ ਚਿੰਤਾ ਨਾ ਕਰੀ ਕੋਈ ਇਸ ਗੱਲ। ਐਕਸੀਡੈਂਟ ਹੋਇਆ ਪਤਾ ਨਹੀਂ ਕਿਸ ਤਰ੍ਹਾਂ, ਕਹਿੰਦੇ ਗਲੀ 'ਚ ਖੇਡਦਾ ਪਿਆ ਸੀ, ਸਕੂਟਰ ਤੇਜ਼ ਆ, ਸਿੱਧਾ ਹੀ ਵਿੱਚ ਵੱਜਿਆ, ਮੁੰਡਾ ਥਾਂ ਹੀ ਡਿੱਗ ਪਿਆ। ਇੱਕ ਤਾਂ ਚਲਾਉਂਦੇ ਬਹੁਤ ਤੇਜ਼ ਆ, ਇਹ ਤਾਂ ਬਹਾਨਾ ਹੁੰਦਾ ਜੀ, ਦੁੱਖ ਸੁੱਖ ਤਾਂ ਕਰਮਾਂ ਦੇ ਹੁੰਦੇ ਆ। ਮੈਂ ਹੋਸਪਿਟਲ ਜਾ ਰਿਹਾ, ਤੁਸੀਂ ਦਫ਼ਤਰ ਦਾ ਸਾਰਾ ਕੰਮ ਸੰਭਾਲ ਲੈਣਾ। ਸਰ ਤੁਸੀਂ ਚੰਗਾ ਕੀਤਾ ਦਰਸ਼ਨ ਸਿੰਘ ਜੀ ਨੂੰ ਕੋਲ ਭੇਜ ਕੇ, ਰਣਜੀਤ ਸਿੰਘ ਜੀ ਬਹੁਤ ਪਰੇਸ਼ਾਨ ਹੋਣਗੇ। ਦੇਖੋ ਨਾ, ਹਾਲਾਤ ਦਾ ਦੁੱਖ ਬਹੁਤ ਮਾੜਾ ਹੁੰਦਾ, ਪਤਾ ਨਹੀਂ ਕੀ ਬਣੂ ਵਿਚਾਰੇ ਦਾ। ਵਾਹਿਗੁਰੂ ਤਾਂ ਸਿਮਰਨ ਹਰ ਥਾਂ ਸਹਾਇ ਹੁੰਦਾ, ਤੁਸੀਂ ਘਬਰਾਓ ਨਾ, ਸਿਮਰਨ ਕਰੋ। ਰਕੇਸ਼ ਜੀ, ਬਲਵਿੰਦਰ ਨੂੰ ਨਾਲ ਲੈ ਕੇ ਤੁਸੀਂ ਟਰਾਂਸਫਾਰਮਰ ਹੁਣੇ ਠੀਕ ਕਰਵਾ ਦਿਓ, ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਠੀਕ ਹੈ ਸਰ। ਮੈਂ ਹੋਸਪਿਟਲ ਜਾ ਰਿਹਾ, ਉਹਨਾਂ ਦੇ ਬੇਟੇ ਦਾ ਓ ਨੈਗੇਟਿਵ ਬਲੱਡ ਗਰੁੱਪ ਹੈ, ਮਿਲ ਰਿਹਾ ਕਿਤੋਂ, ਬੜੀ ਜ਼ਰੂਰਤ ਹੈ ਉਹਨਾਂ ਨੂੰ। ਮੇਰਾ ਬਲੱਡ ਗਰੁੱਪ ਉਹਨਾਂ ਦੇ ਨਾਲ ਮਿਲਦਾ, ਤੁਸੀਂ ਦਫ਼ਤਰ ਦਾ ਸਾਰਾ ਕੰਮ ਸੰਭਾਲ ਲੈਣਾ। ਸਰ ਤੁਸੀਂ ਚਲੋ ਜੀ, ਟ੍ਰਾਂਸਫਾਰਮ ਠੀਕ ਕਰ ਦਿੰਦੇ ਹੁਣੇ। ਹੈਲੋ, ਹਾਂਜੀ, ਬਸ ਜੀ ਹੁਣ ਠੀਕ ਹੋ ਰਿਹਾ ਟ੍ਰਾਂਸਫਾਰਮਰ, ਅਸੀਂ ਹੁਣੇ ਠੀਕ ਕਰ ਦੇਣੇ ਜੀ, ਬਸ ਹੋ ਹੀ ਗਏ। ਓਕੇ ਓਕੇ। ਮੈਡਮ ਜੀ ਘਬਰਾਓ ਨਾ, ਪਰਮਾਤਮਾ ਸਭ ਠੀਕ ਕਰ ਦੇਣ। ਡਾਕਟਰ ਸਾਹਿਬ, ਮੇਰਾ ਬਲੱਡ ਗਰੁੱਪ ਓ ਨੈਗੇਟਿਵ ਹੈ, ਤੁਸੀਂ ਉਸ ਬੱਚੇ ਲਈ ਮੇਰਾ ਬਲੱਡ ਲੈ ਲਓ। ਵੈਰੀ ਗੁੱਡ। ਅਨਵਰ, ਇਹਨਾਂ ਨੂੰ ਬੋਡੀ 'ਚ ਲੈ ਜਾਓ, ਜਾ ਕੇ ਨਾ ਬਲੱਡ ਗਰੁੱਪ ਚੈੱਕ ਕਰੋ ਅਤੇ ਜਲਦੀ ਰਿਪੋਰਟ ਦਿਓ।
ਬੇਟਾ ਠੀਕ ਤਾਂ ਹੋ ਜਾਵੇਗਾ ਜੀ? ਹਾਂ ਜ਼ਰੂਰ ਹੋ ਜਾਏਗਾ, ਕੋਸ਼ਿਸ਼ ਕਰ ਰਿਹਾ ਡਾਕਟਰ, ਆਪਣੀ ਟੀਮ ਪੂਰੀ ਡਾਕਟਰਾਂ ਦੀ ਕੇਅਰ ਕਰ ਰਹੀ। ਵੈਸੇ ਤਾਂ ਆਪਣੇ ਹਸਪਤਾਲ ਕੋਲ ਆਊਟ ਆਫ ਬਲੱਡ ਵਿੱਚ ਹੈਗਾ, ਪਰ ਆਪਣੇ ਕੋਲ ਜਿਹੜਾ ਉਹ ਨੈਗੇਟਿਵ ਗਰੁੱਪ ਉਹ ਨਹੀਂ ਹੈਗਾ, ਤਾਂ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਆਪ ਅਰੇਂਜ ਕਰੋ। ਡਾਕਟਰ ਸਾਹਿਬ ਬਲੱਡ ਨੂੰ ਮੈਚ ਕਰ ਗਿਆ। ਵੈਰੀ ਗੁੱਡ ਵੈਰੀ ਗੁੱਡ, ਹਰੇ ਉਹਨਾਂ ਨੂੰ ਲਾਓ। ਹਾਂ ਸਰ। ਚਾਚੀ ਪਤਾ ਨਹੀਂ ਕੀ ਗੱਲ ਆ, ਜਦੋਂ ਦਾ ਵੀ ਤੇਰਾ ਪੁੱਤ ਬਾਹਰ ਗਿਆ ਪਹਿਲਾਂ ਤਾਂ ਹਫ਼ਤੇ ਪਿੱਛੋਂ ਹੀ ਫੋਨ ਕਰ ਦਿੰਦੇ ਸੀ, ਪਰ ਹੁਣ 15 ਦਿਨ ਹੋ ਗਏ ਫੋਨ ਹੀ ਨਹੀਂ ਆਇਆ ਕੋਈ। ਕੋਈ ਨਾ ਪੁੱਤ, ਕੋਈ ਜ਼ਰੂਰੀ ਕੰਮ ਪੈ ਗਿਆ ਹੋਊਗਾ, ਆ ਜਾਊਗਾ ਫੋਨ। ਚਾਚੀ ਪਤਾ ਨਹੀਂ ਕੀ ਗੱਲ ਆ, ਮੇਰਾ ਮਨ ਬਹੁਤ ਘਬਰਾਉਂਦਾ ਹੈ। ਕੋਈ ਵੀ ਘਬਰਾ ਨਾ, ਮੈਂ ਚਾਹ ਬਣਾ ਕੇ ਲਿਆਈ। ਠੰਡਕ ਜੀ ਪੈ ਗਈ, ਆਪਾਂ ਵੀ ਚੱਲੀਏ ਉੱਧਰ ਵਾਹਿਗੁਰੂ ਵਾਹਿਗੁਰੂ ਕਰਨ। ਤੈਨੂੰ ਪਤਾ ਕਹਿ ਕੇ ਤਾਂ ਗਈ ਸੀ ਉਹ ਕੁੜੀ ਵੀ, ਤੁਸੀਂ ਵੀ ਆਇਆ ਕਰੋ। ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਸਰ। ਇਹਦੇ 'ਚ ਅਹਿਸਾਨ ਵਾਲੀ ਕਿਹੜੀ ਗੱਲ ਹੈ, ਇਹ ਤਾਂ ਇਨਸਾਨੀਅਤ ਦੇ ਨਾਤੇ ਮੇਰਾ ਫਰਜ਼ ਸੀ ਕਿ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ। ਸਰ ਤੁਸੀਂ ਵਾਕਈ ਬਹੁਤ ਵਧੀਆ ਇਨਸਾਨ ਹੋ। ਪਰਮਾਤਮਾ ਨੇ ਆਪਾਂ ਨੂੰ ਸਾਰਿਆਂ ਨੂੰ ਵਧੀਆ ਬਣਾਇਆ, ਬਸ ਉਹਦਾ ਨਾਮ ਜਪਿਆ ਕਰੋ। ਸਰ ਅੱਜ ਅਸੀਂ ਲੰਚ ਟਾਈਮ ਵਿੱਚ ਇਸ ਲਈ ਇਕੱਠੇ ਹੋ ਕੇ ਆਏ ਹਾਂ, ਸਾਨੂੰ ਵੀ ਰਸਤਾ ਦੱਸੋ। ਸਰ ਜੀ ਤਾਂ ਬਹੁਤ ਕਰਦਾ ਪਰ ਟਾਈਮ ਹੀ ਨਹੀਂ ਮਿਲਦਾ, ਦਫ਼ਤਰ ਤੋਂ ਬਾਅਦ ਘਰ ਦਾ ਕੰਮ, ਬੱਚਿਆਂ ਦਾ ਕੰਮ, ਫਿਰ ਥੋੜ੍ਹਾ ਬਹੁਤ ਆਰਾਮ ਵੀ ਕਰਨਾ ਹੁੰਦਾ। ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਉਹ ਤਾਂ ਹਰ ਵੇਲੇ ਜਪਿਆ ਜਾ ਸਕਦਾ, ਇੱਥੇ ਵੀ ਅੰਤਰਗਤ ਸਿਮਰ ਕਰਿਆ ਕਰੋ ਕੰਮ ਕਰਦਿਆਂ ਕਰਦਿਆਂ। ਕੰਮ ਕਰਦੇ ਕਰਦੇ ਵੀ ਜਪ ਸਕਦੇ ਹਾਂ ਸਰ? ਹਾਂ ਹਾਂ ਕਿਉਂ ਨਹੀਂ, ਹਰ ਵੇਲੇ ਜਪੋ। ਦੇਖੋ ਕੰਮ ਕਰਦੇ ਆਪਾਂ ਤਨ ਦੇ ਭੋਜਨ ਲਈ,
मन का भोजन तो नाम ही है ना, हर वेले जपना चाहिए। धात के रस्ते से चलते हैं, लिव का रस्ता नहीं छड़ना। आप सर अज की हुक्म है साढ़े लिए? हुक्म नहीं, बेनती है मेरी सारे प्रति। देखो मैं पहले दिन भी कहा सी कि आप सारे एक परिवार हाँ, आप सारे रल के काम करना है ताकि किसी को कुछ शिकायत ना रहे इस दफ्तर प्रति। सर हुण कोई शिकायत नहीं होगी, असी सारे रल के मेहनत करांगे। ते नाल नाल सिमरन करना है ताकि वाहिगुरु की कृपा बनी रहे अपने ते। सर जिस दिन की मैं सिमरन कर रही हूँ मैनू बहुत शांति मिलती है, नहीं तो भटकदा ही रहिंदा सी। वाहिगुरु का सिमरन सब दे मन नू शांति दिंदा है, जपिए तो सही। आप सर जपना किवें? श्वास अंदर जांदा है तो वाहे कहना है, श्वास बाहर आता है तो गुरु कहना है। अपनी आवाज में बोल के आप ही सुनना है। किमें करना सिमरन? वाहिगुरु 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 वाहिगुरु। होए एकत्र मिलो मेरे भाई, दुविधा दूर करो ले वलाए। हर नाम के हो वो जोड़ी, गुरमुख बैसो सफा विशाए। इन बिद पासा टालो वीर, गुरमुख नाम जपो दिन राती, अंत काल नह लागे पीर। अंत काल नह लागे पीर। अपने गुआढ़ियों ते भी बड़ी कृपा हुई, वो भी आए से अपने घर सिमरन करन, असी कठिया ने रल के वाहिगुरु का जस गाया। अच्छा पुत तुसी फिर बस्तर बदलो ते शबो प्रशादा। अच्छा तुसी नहीं प्रशादा छकना? असी छक बैठे। अच्छा वाहिगुरु।
ਸ਼ਬਦ ਸੁਣੇ ਤਾਂ ਦੂਰੋਂ ਪਗੈ ਮਤ ਮਾਰੇ ਹਰ ਜੀਓਵੇ ਪਰਵਾਹੇ ਵਾਹਿਗੁਰੂ ਦੇ ਘਰੋਂ ਹੁਕਮ ਆ ਗਿਆ। ਤੁਸੀਂ ਬੇਟੇ ਸਿਮਰਨ ਕਰੋ। ਬੀਬੀ ਜੀ ਆਪਾਂ ਰੋਣਾ ਨਹੀਂ, ਸਿਮਰਨ ਕਰੋ ਬੈਠ ਕੇ। ਬਸ ਕੋਈ ਗੱਲ ਨਹੀਂ, ਬਸ ਕਰਨਾ ਹੋਇਆ ਜੀ ਆਪਾਂ ਸਿਮਰ ਕਰਨਾ।
मेरे बेटे वरी मैं लड़ दिता भजे फिर मैं तो कोई दर्द थी ना नहीं चंगे भले सारा टब्बर तुरे फिर वाहिगुरु वाहिगुरु की कोई रोंदा नहीं कुतों भाने च है ना जी इस करके नहीं रोंदे इन्हां नूं पता है जिस दी चीज सी वो लै गया अपनी सातों तां नहीं भाणा मन्नया जांदा कहना ही सौखा मनना बहुत औखा जदों किरपा करदा ना जी आपे मना लैंदा नाम जपिया ही आउंदी है सोजी तुसीं भी नाम जपो हर के लोक सदा गुण गावै तिन को मिलया पूरन ताम जन का दर्श बांछे दिन राती होए पुनीत धर्म राए जाम लालच जागाती काट दूर रही ओ जन ते बाट जेह आवटे बहुत कण साथ पार ब्रह्म के संगी साद दर्शन कर लिए फिर कर लिए
ਹੱਥ ਲੜੇ ਤਿੰਨ ਨਾਠੀਆਂ ਪੀੜ ਕਣੀ ਦਰਿਆਓ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਚਿਤ੍ਰਗੁਪਤ ਸਭ ਲਿਖਤੇ ਲੇਖਾ ਭਗਤ ਜਣਾ ਕਉ ਦ੍ਰਿਸ਼ਟ ਨਾ ਪੇਖਾ ਕਹੁ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਂ ਕਹਿ ਅਣਹਦ ਤੂਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰ
ਗੁਰਮੁਖ ਪਤ ਸਿਉ ਲੇਖਾ ਨਿਬੜੈ ਬਖਸ਼ੇ ਸਿਫਤ ਭੰਡਾਰ ਉਥੈ ਹੱਥ ਨ ਅਪੜੈ ਕੂਕਣਾ ਸੁਣੀਐ ਪੁਕਾਰ ਉਥੈ ਸਤਿਗੁਰ ਬੇਲੀ ਹੋਵੈ ਕੱਢ ਲਏ ਅੰਤੀ ਵਾਰ ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਜੀ ਬੇਨਤੀ ਪ੍ਰਵਾਨ ਕੀਤੀ ਜੀ ਗੁਰਮੁਖ ਜਨ ਮਿਲਾਏ ਜੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਹੈ ਜੀ ਵਾਹਿਗੁਰੂ ਕਿਉਂ ਬੈਰਾਗ ਕਰੇਂਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਪਰ ਪੂਰਾ ਅੰਮ੍ਰਿਤ ਸਰ ਸਦ ਹੀ ਪਰ ਪੂਰਾ ਵਾਹਿਗੁਰੂ ਪ੍ਰੇਮ ਪਟੋਲਾ ਤੈ ਸਹਿਦਤਾ ਢੱਕਣ ਕੂਪਤ ਮੇਰੀ ਦਾਨਾ ਬਿਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਿੰਨ ਦਰਗਹ ਹਰ ਹਰ ਦੇ ਵਡਿਆਈ ਤਨ ਤਨ ਸਾਬਾਸ ਕਹਿ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਗੁਰਮਤਿ ਜੀਵਨ ਜਾਚ ਸੰਬੰਧੀ ਵਿਚਾਰ ਸਾਂਝੇ ਕਰਨ ਲਈ ਸੰਪਰਕ ਕਰੋ ਗੁਰਦੁਆਰਾ ਬ੍ਰਹਮ ਮਿਲਨਾ ਕਚਾਓ ਬ੍ਰਹਮ ਗਿਆਨ ਕੇਂਦਰ ਸਰਬ ਸੁਖ ਚੈਰੀਟੇਬਲ ਟਰੱਸਟ ਨੇੜੇ ਬੁੱਕੀਪੁਰਾ ਚੌਂਕ ਰੌਲੀ ਰੋਡ ਮੋਗਾ। ਫੋਨ ਨੰਬਰ 0 1636 2780002 98 141 32 668 94 176 31 557 94 637 80 285 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।
ਜਦੋਂ ਇਹਨਾਂ ਤੋਂ ਕ੍ਰੋਧ ਪਾਰੂ ਹੁੰਦਾ ਹੈ ਨਾ, ਉਹਦਾ ਨਤੀਜਾ ਇਹੀ ਨਿਕਲਦਾ, ਕਲਾ ਕਲੇਸ਼, ਲੜੋ ਲੜਾਈ। ਤੁਹਾਨੂੰ ਕੀਤਾ ਹੈ ਮੇਰੀ ਸ਼ਰੀਕਣੀ ਨੇ ਕੁਝ? ਚੱਲਿਓ ਤਵੀਤਾਂ ਵਾਲੇ ਸੰਤਾਂ ਨੂੰ ਮੇਰੇ ਨਾਲ, ਸਭ ਕੁਝ ਦੱਸ ਦੇਣਗੇ ਉਹ। ਪੱਕਾ ਹੀ ਹੈ ਕਿਸੇ ਦਾ ਕੁਛ ਕੀਤਾ ਹੈ, ਤੂੰ ਫਿਕਰ ਨਾ ਕਰੀ, ਮੈਂ ਲੈ ਚੱਲੀ ਹੂੰ ਤੈਨੂੰ ਅੰਤਰ ਜਾਮੀ ਬਾਬੇ ਕੋਲੇ। ਸਾਥੋਂ ਨੀ ਮਿਲਦਾ ਜਾਂਦਾ ਗੋਆ, ਜੇ ਦੱਸਦਾ ਤੁਹਾਨੂੰ ਪੈਸੇ ਚਾਹੀਦੇ ਪੈਸੇ। ਹੁਣ ਪੈਸੇ ਹੈ ਨੀ, ਪੈਸੇ ਹੈ ਨੀ, ਪੈਸੇ ਨੀ, ਅਸੀਂ ਕੀ ਕਰੀਏ ਫਿਰ? ਬਹੁਤ ਅੱਛਾ ਜੀ, ਬਹੁਤ ਅੱਛਾ ਜੀ, ਬਹੁਤ ਚੰਗਾ ਜੀ। ਮੈਂ SDO ਬੋਲਦਾ ਗੁਰਸੇਵਕ ਸਿੰਘ, ਕੱਲ ਹੀ ਬਦਲੀ ਹੋਈ ਹੈ ਮੇਰੀ। ਇਹ ਕਿਹੜਾ ਰੱਬ ਕੋਲੋਂ ਧਰਤੀ ਤੇ ਸਿੱਧਾ ਆਇਆ ਬੰਦਾ ਹੀ ਆ, ਸਾਡੇ ਵਰਗਾ ਹੀ ਹੋਊ? ਇਹਨੂੰ ਵੀ ਤਾਂ ਇਨਸਾਨ ਹੁੰਦਾ ਹੈ। ਬੈਠੋ ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ। ਅਮੁਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਮਹਾਰਾਜੇ ਦੀ ਨਕਲੋ ਹਰਕਤ ਦੀਆਂ ਸਾਰੀਆਂ ਰਿਪੋਰਟਾਂ ਭੇਜੋ ਕਿ ਉਹ ਕਿਵੇਂ ਵਿਚਰ ਰਿਹਾ ਹੈ ਸੰਸਾਰ ਦੇ ਵਿੱਚ। ਹਸਪਤਾਲ ਖੋਲੇ ਪਰ ਕਿੱਥੇ? ਆਪਣੀ ਫੌਜ ਲੈ ਕੇ ਆ ਰਿਹਾ ਹੈ। ਪੰਜਾਂ ਨੇ ਮੈਨੂੰ ਨਾਮ ਤੋਂ ਆਖੀ ਕਰ ਰੱਖਿਆ ਜੀ। ਆਪ ਜੀ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ, ਇਹਨਾਂ ਦੇ ਵਿੱਚ ਹਰ ਇੱਕ ਜ਼ਰੂਰਤ ਪੂਰੀ ਕਰਨ ਦੀ ਸਮਰੱਥਾ ਹੈ ਜੀ। ਅਸੀਂ ਤੁਹਾਨੂੰ ਇਸ ਇਲਾਕੇ ਦਾ ਮੰਤਰੀ ਬਣਾ ਕੇ ਸਾਰਾ ਰਾਜ ਪ੍ਰਬੰਧ ਤੁਹਾਨੂੰ ਸੌਂਪਣਾ ਚਾਹੁੰਦੇ। ਬਹੁਤ ਅੱਛਾ, ਤੁਸੀਂ ਲੀਡਰ ਤਾਂ ਬਰਸਾਤੀ ਡੱਡੂਆਂ ਵਾਂਗੂ ਮੀਂਹ ਪੈ ਤੋਂ ਹੀ ਨਜ਼ਰ ਆਉਂਦੇ ਆ। ਉਹ ਕਹਿ ਨਾ ਕੀ ਹੁੰਦਾ, ਜਿਹੜਾ ਜਿੱਤ ਗਿਆ ਉਹਨੂੰ ਕਹਿ ਦਾਂਗੇ ਤੈਨੂੰ ਵੋਟਾਂ ਪਾਈਆਂ। ਲੱਖਾਂ
ਸਮਝ ਨਹੀਂ ਆਉਂਦੀ ਭਈ ਇਹ ਕਿਹੋ ਜਿਹੀ ਪੜ੍ਹਾਈ ਆ ਜਿਹੜੀ ਰੋਟੀ ਵੀ ਨਹੀਂ ਖਾਣ ਦਿੰਦੀ। ਬਥੇਰਾ ਕੁਛ ਕਸ਼ਟ ਖਾ ਕੇ ਆਇਆ, ਸ਼ਕਲ ਨਹੀਂ ਦਿੰਦੀ ਇਹਦੀ। ਜੇ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਕੀਤੀ ਬੜਾ ਮਾੜਾ ਅਸਰ ਹੋਊਗਾ ਤੇਰਾ। ਆ ਬੇਟਾ ਸਾਡਾ ਬੜਾ ਦਿਮਾਗ ਖਰਾਬ ਆ ਇਹਦਾ। ਓਏ ਸਮਝਣ ਵਾਲੀ ਜੈਂਸ ਨਹੀਂ। ਵਾਹਿਗੁਰੂ ਵਧੀਆ ਜੀ ਇੱਕ ਕਾਰ ਲੈ ਦੇ ਸੱਚਾ ਪਾਤਸ਼ਾਹ, ਪਰ ਇੱਥੇ ਮੇਰੀ ਭਾਣਜੀ ਦਾ ਰਿਸ਼ਤਾ ਨਹੀਂ ਹੋ ਸਕਦਾ। ਹੇ ਵਾਹਿਗੁਰੂ ਤੇਰਾ ਕਿੰਨਾ ਸ਼ੁਕਰ ਹੈ, ਰੱਬ ਸਮਾ ਕੇ ਬਖਸ਼ੇ ਤਾਂ ਹੀ ਆਉਂਦੀ ਹੈ। ਗੁਰਬਾਣੀ ਸਾਰੀ ਚੌਥੇ ਪਾਦੀ ਦੇਖ ਰਿਹਾ ਨਾ ਗੁਰੂ।